ਕਰਤਾਰ ਸਿੰਘ ਦੁੱਗਲ ਦੀ ਕਹਾਣੀ ਐ ਬੇਜ਼ਬਾਨੀ ਹੈ ਜ਼ਬਾਂ ਮੇਰੀ ਨਿਰੀਪੁਰੀ ਰੂਨ ਦੀ ਪੋਣੀ ਲੰਮ ਸਲੰਮੀ ਪਤਲੀ ਪਛਿੰਗ ਹੌਲੀ ਫੁੱਲ ਦੁੱਧ ਚਿੱਟੇ ਨਰਮੇ ਤੋਂ ਕਿਤੇ ਕਾਲੀ سیاਹੀ ਦੀਆਂ ਛੱਟਾਂ ਕਲੰਗ ਕਲੰਗ ਕਰਦੀ ਜਾਂ ਮੈਂ ਮਾਂ ਦੇ ਥਣਾ ਨਾਲ ਚਿਮਟੀ ਰਹਿੰਦੀ ਜਾਂ ਉਹਨਾਂ ਨੂੰ ਟੋਲਦੀ ਰਹਿੰਦੀ ਦੁੱਧ ਪੀ ਕੇ ਜਦੋਂ ਮੇਰਾ ਢੇਟ ਆਫਰਨ ਲੱਗਦਾ ਤਾਂ ਮੈਂ ਤੂੜੀ ਦੀ ਨਿਗਜ ਖੂਕ ਸੌਂ ਜਾਂਦੀ ਮੈਨੂੰ ਸੁੱਤੀ ਪਈ ਵੇਖ ਮੇਰੀ ਮਾਂ ਬਾਹਰੋਂ ਹੋ ਆਂਦੀ ਖੋਖੇ 'ਚ ਬਸ ਮੈਂ ਕੱਲੀ ਰਹਿ ਜਾਂਦੀ ਇੰਜ ਇੱਕ ਦਿਨ ਜਦੋਂ ਮੈਂ ਸੁੱਤੀ ਪਈ ਸਾਂ ਮੇਰੀ ਨੀਂਦਰ ਖੁੱਲ ਗਈ ਦੋ ਕੁੜੀਆਂ ਗੱਲਾਂ ਕਰ ਰਹੀਆਂ ਸਨ ਹਾਈ ਕਿੰਨੀ ਪਿਆਰੀ ਐ ਅਜੇ ਦੀਆਂ ਅੱਖਾਂ ਨਹੀਂ ਖੁੱਲੀਆਂ ਤੇ ਇਹਨੂੰ ਮਾਂ ਦਾ ਦੁੱਧ ਕਿਵੇਂ ਪਖਾਈ ਦਿੰਦਾ ਮਾਂ ਦੇ ਦੁੱਧਾਂ ਨੂੰ ਟੋਲਣ ਲਈ ਅੱਖਾਂ ਦੀ ਲੋੜ ਨਹੀਂ ਹੁੰਦੀ ਤੇ ਫਿਰ ਉਹ ਹੱਸਣ ਲੱਗ ਪਈਆਂ ਹੱਸੀ ਜਾਣ ਹੱਸੀ ਜਾਣ ਜਵਾਨ ਜਹਾਨ ਕੁੜੀਆਂ ਦੀ ਹਾਸੀ ਜਿਵੇਂ ਉੱਭਰ ਰਏ ਮੱਚਲ ਰਏ ਚੂਹੇ ਦਾ ਕਲਕਲ ਜੋ ਇਹ ਦਕਲ-ਕਲ ਕਰਦਾ ਪਾਣੀ ਹੁੰਦਾ ਕੋਸਾ-ਕੋਸਾ ਮੋਤੀਆਂ ਵਰਗਾ ਲਿਸ਼-ਲਿਸ਼ ਕਰ ਰਿਹਾ ਡੁੱਲ-ਡੁੱਲ ਪੈ ਰਿਹਾ ਦੁੱਧ ਬੱਚੇ ਦੀਆਂ ਬੁੱਲੀਆਂ ਨੂੰ ਟੋਲ ਲੈਂਦੇ ਨੇ ਸੋਚਦੇ ਹੋਏ ਕਿ ਕੁੜੀ ਨੇ ਕਿਹਾ ਤੇ ਫਿਰ ਓ ਖਿੜ-ਖਿੜ ਕੇ ਹੱਸ ਪਈਆਂ ਹੱਸੀ ਜਾਣ ਹੱਸੀ ਜਾਣ ਚੰਬੇ ਦੀਆਂ ਵੇਲਾਂ ਜਿਵੇਂ ਖਿੜਪੜ ਪਈਆਂ ਹੋਣ ਕਹਿੰਦੇ ਨੇ ਕੁੱਤੇ ਦੀ ਜ਼ਿੰਦਗੀ ਦਾ ਇੱਕ ਵਾਰਾ ਆਦਮੀ ਦੀ ਜ਼ਿੰਦਗੀ ਦੇ ਸੱਤਾਂ ਵਰਿਆਂ ਦੇ ਬਰਾਬਰ ਹੁੰਦਾ ਮੈਂ ਤੇ ਖਬਰੇ ਹੋਰ ਤੇਜ਼ ਸਾਂ ਮੈਂ ਤੇ ਇਹ ਤੋਂ ਦੋਨੇ ਸਾਲਾਂ ਤੋਂ ਵੀ ਵਧੇਰੇ ਤੇਜ਼ ਸਾਂ ਮੇਰੀ ਮਾਂ ਦੀ ਮਾਂ ਦੀ ਸਾਰੀ ਸੂਜ ਮੇਰੇ ਸੀਨੇ 'ਚ ਭੁਲੇਟੀ ਪਈ ਸੀ ਮੇਰੀਆਂ ਅੱਖੀਆਂ ਨਹੀਂ ਖੁੱਲੀਆਂ ਸਨ ਤੇ ਮੈਨੂੰ ਇਹ ਹਾਸੀ ਚੰਗੀ ਚੰਗੀ ਲੱਗਣ ਲੱਗ ਪਈ ਸੀ ਇਹ ਹਾਸੀ ਜਿਸ ਕੁਝ ਦਿਨਾਂ ਬਾਅਦ ਜਿਵੇਂ ਮਹਿਗੜੁੱਛ ਹੋ ਜਾਣਾ ਸੀ ਕਿੰਨਾ ਚਿਹਰੋ ਕੁੜੀਆਂ ਆਪ ਮੁਹਾਰੀਆਂ ਹੱਸਦੀਆਂ ਰਹੀਆਂ ਫਿਰ ਉਹਨਾਂ ਵਿੱਚੋਂ ਇੱਕ ਅੱਗੇ ਵਧੀ ਉਸ ਮੈਨੂੰ ਚੁੱਕ ਲਿਆ ਸੋਹਲ ਸੁਗੰਧੀਆਂ ਲੁੱਧੀਆਂ ਲੱਚ ਲੱਚ ਕਰਦੀਆਂ ਉਂਗਲੀਆਂ ਦੀ ਬੁੱਕ 'ਚ ਮੈਨੂੰ ਜਿੱਟ ਕੇ ਬੈਠ ਗਈ ਸਾਂ ਜਿਵੇਂ ਹਮੇਸ਼ਾ ਹਮੇਸ਼ਾ ਤੋਂ ਉਂਜ ਬੈਠਣ ਦੀ ਮੈਨੂੰ ਜਾਂਚ ਹੋਈ ਹਾਈ ਕਿੰਨੀ ਪਿਆਰੀ ਹੈ ਹਾਈ ਕਿੰਨੀ ਪਿਆਰੀ ਹੈ ਦੋਵੇਂ ਕੁੜੀਆਂ ਬਸ ਇਹੋ ਰੱਟ ਲਈ ਹੋਈਆਂ ਸਨ ਇਹਨੂੰ ਮੈਂ ਲੈ ਜਾਨੀ ਆ ਫਿਰ ਇੱਕ ਨੇ ਕਿਹਾ ਅਜੇ ਨਹੀਂ ਅਜੇ ਤੇਰੀਆਂ ਅੱਖਾਂ ਨਹੀਂ ਖੁੱਲੀਆਂ ਤੇ ਫਿਰ ਕੀ ਅੱਖਾਂ ਆਪੇ ਖੁੱਲ ਜਾਣਗੀਆਂ ਦੋ ਨਹੀਂ ਤੇ ਚਾਰ ਦਿਨ ਨਹੀਂ ਅਜੇ ਨਹੀਂ ਅਜੇ ਤੇ ਬਸ ਮਾਂ ਦਾ ਦੁੱਧ ਪੀਂਦੀ ਹੈ ਅਸੀਂ ਇਹਨੂੰ ਬੋਤਲ ਨਾਲ ਦੁੱਧ ਪਿਆ ਦਿਆ ਕਰਾਂਗੇ ਬੋਤਲ ਦੇ ਨਿਪਲ ਤੇ ਇਹਦੀ ਮਾਂ ਦੇ ਥਣਾਂ 'ਚ ਕੀ ਫਰਕ ਹੈ ਮਾਂ ਦੇ ਥਣਾਂ ਦਾ ਨਿਗ ਆਹੋ ਬੋਤਲ ਸਖਣੀ ਹੋਵੇ ਤਾਂ ਉਹਦੇ ਵਿੱਚੋਂ ਇੱਕ ਬੂੰਦ ਦੁੱਧ ਦੀ ਨਹੀਂ ਨਿਕਲਦੀ ਭਾਵੇਂ ਬੱਚਾ ਤੜਪ ਕੇ ਮਰ ਜਾਏ ਪਰ ਬੱਚੇ ਦੀਆਂ ਬੁੱਲੀਆਂ ਦੀ ਇੱਕ ਛੋਹ ਤੇ ਮਾਂ ਦੇ ਸਖਣੇ ਥਣ ਦੁੱਧ ਨਾਲ ਝੁਲਕਣ ਲੱਗ ਪੈਂਦੇ ਨੇ ਡੁਲੂੰ ਡੁਲੂੰ ਕਰਨ ਲੱਗ ਪੈਂਦੇ ਨੇ ਇਹ ਜੋ ਗੱਲਾਂ ਕਰ ਰਹੀਆਂ ਸਨ ਕਿ ਮੇਰੀ ਮਾਂ ਆ ਗਈ ਮੈਨੂੰ ਆਪਣੀ ਮਾਂ ਅਜੇ ਨਜ਼ਰ ਨਹੀਂ ਆਉਂਦੀ ਸੀ ਪਰ ਮੈਨੂੰ ਉਹਦੀ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਸੀ ਕਿੱਥੇ ਹੈ ਕੀ ਕਰ ਰਹੀ ਹੈ ਇੰਜ ਜਾਪਦਾ ਸੀ ਉਹਨੂੰ ਦੂਜੀ ਕੁੜੀ ਨੇ ਆਪਣੀ ਗੋਦੀ 'ਚ ਲੈ ਲਿਆ ਸੀ ਇੱਕ ਕੁੜੀ ਦੀ ਬੁੱਕ ਵਿੱਚ ਮੈਂ ਸਾਂ ਦੂਜੀ ਦੀ ਅੰਭਾਵਾਂ 'ਚ ਮੇਰੀ ਮਾਂ ਤੇ ਮੇਰੀ ਮਾਂ ਉਡ ਉਡ ਕੇ ਮੈਨੂੰ ਝੱਟ ਰਹੀ ਸੀ ਉਹਦੇ ਸਾਂਵਾਂ ਦੀ ਖੁਸ਼ਬੂ ਮੈਨੂੰ ਆ ਰਹੀ ਸੀ ਮੇਰਾ ਦਿਲ ਕਾਲਾ ਭੈਣ ਲੱਗ ਪਿਆ ਮੈਂ ਆਪਣੀ ਮਾਂ ਦੀ ਛਾਤੀ ਨਾਲ ਚਿਮਟਣ ਲਈ ਬੇਤਾਬ ਹੋਣ ਲੱਗ ਪਿਆ ਇੱਕ ਛੋ ਆਪਣੀ ਅੰਮੀ ਦੀ ਤੇ ਮੈਨੂੰ ਜਿਵੇਂ ਅੰਤਾਂ ਦੀ ਭੁੱਖ ਆਣ ਲੱਗੀ ਹੋਵੇ ਮੈਂ ਉਸ ਸੋਲ ਬੁੱਕ ਵਿੱਚ ਕੁਰਬਲ ਕੁਰਬਲ ਕਰਨ ਲੱਗ ਪਈ ਇਹ ਵੇਖ ਕੇ ਉਹਨਾਂ ਕੁੜੀਆਂ ਨੇ ਸਾਨੂੰ ਦੋਹਾਂ ਨੂੰ ਖੋਖੇ 'ਚ ਛੱਡ ਦਿੱਤਾ ਤੇ ਆਪ ਤੁਰ ਗਈਆਂ ਉਧਰੋਂ ਉਹਨਾਂ ਸਾਨੂੰ ਢੇਠਾਂ ਲਾਇਆ ਇਧਰ ਮੈਂ ਆਪਣੇ ਮਾਂ ਦੇ ਦੁੱਧਾਂ ਨੂੰ ਚਿਮਟ ਗਈ ਕਿੰਨਾ ਚਿਰ ਮੈਂ ਚ ਸਰਚ ਸਰ ਦੁੱਧ ਪਿੰਦੀ ਰਹੀ ਤੇ ਜਦੋਂ ਪੀ ਪੀ ਕੇ ਥੱਕ ਜਾਂਦੀ ਤੇ ਮੈਂ ਉਹਨਾਂ ਨਾਲ ਖੇਡਣ ਲੱਗ ਪੈਂਦੀ ਅੰਨੇ ਵਾਦ ਤੋਂ ਸਾਂਭੇ ਮਾਰਦੀ ਮੇਰੀ ਅੰਮੀ ਕਦੀ ਕਾਲੀ ਨਾ ਪੈਂਦੀ ਕਦੀ ਖਫਾ ਨਾ ਹੁੰਦੀ ਇੰਜ ਖੇਡਦੀ ਖੇਡਦੀ ਮੈਂ ਥੱਕ ਕੇ ਉਹਦੀਆਂ ਜੰਗਾਂ ਚੀ ਭਾਵੇਂ ਸੌਂ ਜਾਂਦੀ ਪਗਲੀ ਜਿਵੇਂ ਮੇਰੀ ਮਾਂ ਲਾੜ ਵਿੱਚ ਮੈਨੂੰ ਆਰਾਮ ਨਾਲ ਜਿੱਥੇ ਮੈਂ ਸੁੱਤੀ ਹੁੰਦੀ ਉੱਥੇ ਹੀ ਪਈ ਰਹਿਣ ਦਿੰਦੀ ਅਗਲੇ ਦਿਨ ਉਹ ਕੁੜੀ ਫੇਰ ਆ ਧਮਕੀ ਉਹਦਾ ਨਾਮ ਸ਼ਸ਼ੀ ਸੀ ਸਾਡੇ ਖੋਖੇ ਦੀ ਸਫਾਈ ਹੋ ਰਹੀ ਸੀ ਪਹਿਲੇ ਜਮਾਂਦਾਰ ਨੇ ਤੂੜੀ ਨੂੰ ਇਕੱਠਾ ਕਰਕੇ ਥਾਂ ਨੂੰ ਹੁੰਜਿਆ ਫਿਰ ਕੋਈ ਦਵਾਈ ਛਿੜਕਾਈ ਗਈ ਫਿਰ ਨਵੀਂ ਤੂੜੀ ਵਿਛਾਈ ਗਈ ਮੇਰੀ ਮਾਂ ਹਰ ਰੋਜ਼ ਦੀ ਤਰ੍ਹਾਂ ਬਾਹਰ ਟੈਲਣ ਗਈ ਹੋਈ ਸੀ ਤੇ ਮੈਂ ਇਕੱਲੀ ਸਾਂ ਤੇ ਸ਼ਸ਼ੀ ਬੀਬੀ ਮੈਨੂੰ ਚੁੱਕ ਕੇ ਆਪਣੇ ਘਰ ਲੈ ਤੁਰੀ ਮੇਰੀ ਮਾਲਕ ਨੂੰ ਉਹਨੂੰ ਸਮਝਾਉਂਦੀ ਰਹੀ ਜਿਤੇ ਇਹਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਕੁਝ ਦਿਨ ਰੁੱਕ ਜਾ ਤੇਰੀ ਅਮਾਨਤ ਹੈ ਤੈਨੂੰ ਦੇ ਦੇਾਂਗੀ ਪਰ ਉਹ ਨਹੀਂ ਮੰਨੀ ਬਾਹਰ ਉਹਦੀ ਮੋਟਰ ਖਲੋਤੀ ਸੀ ਤੇ ਉਹ ਮੈਨੂੰ ਲੈ ਕੇ ਤੁਰ ਪਈ ਮੈਂ ਪਰੇਸ਼ਾਨ ਸਾਂ ਮੇਰੀ ਮਾਂ ਜਦੋਂ ਮੁੜੇਗੀ ਤੇ ਮੈਨੂੰ ਖੋਖੇ ਚ ਨਾ ਵੇਖ ਕੇ ਉਹਦਾ ਕੀ ਹਾਲ ਹੋਏਗਾ ਤੇ ਜਦੋਂ ਮੋਟਰ ਧੁਰੀ ਮੇਰੀ ਤੇ ਜਾਨ ਹੀ ਨਿਕਲ ਗਈ ਜਿਵੇਂ ਸਾਰੀ ਦੁਨੀਆ ਹਿੱਲਣ ਲੱਗ ਪਈ ਹੋਵੇ ਮੈਂ ਚਲੂੰ-ਚਲੂੰ ਕਰਨ ਲੱਗ ਪਈ ਮੇਰਾ ਸਾਹ ਸੁੱਕ ਰਿਹਾ ਸੀ ਸ਼ਸ਼ੀ ਬੀਬੀ ਨੇ ਮੈਨੂੰ ਇੱਕਦਮ ਛਾਤੀ ਨਾਲ ਲਾ ਲਿਆ ਪਰ ਮੋਟਰ ਜਿਉਂ-ਜਿਉਂ ਤੇਜ਼ ਹੋ ਰਹੀ ਸੀ ਮੈਨੂੰ ਲੱਗਦਾ ਜਿਵੇਂ ਕਿਸੇ ਬਲੂਨੇ ਵਿੱਚ ਮੈਂ ਘੁੰਠੀ ਹੋਈ ਉੱਡਦੀ ਜਾ ਰਹੀ ਹਾਂ ਮੈਂ ਆਪਣੇ ਆਪ ਨੂੰ ਸਮੇਟ ਲਿਆ ਮੇਰੀ ਆਵਾਜ਼ ਮੇਰੇ ਸੰਗ ਚ ਸੁੱਕਦੀ ਜਾ ਰਹੀ ਸੀ ਇੰਜ ਜਪਦਾ ਸੀ ਮੇਰਾ ਸਾਹ ਕਿਸੇ ਵੇਲੇ ਰੁਕ ਜਾਏਗਾ ਇਹ ਖੋਰ ਚਟਕਾ ਤੇ ਮੈਂ ਖਤਮ ਹੋ ਜਾਾਂਗੀ ਸਫੈਦ ਰੂੰ ਦੀ ਬੇਜਾਨ ਗੇਂਦ ਹੋ ਕੇ ਰਹਿ ਜਾਾਂਗੀ ਮੈਨੂੰ ਮੇਰੀ ਮੁੜ ਮੁੜ ਮੇਰੀ ਮਾਂ ਯਾਦ ਆਉਣ ਲੱਗ ਪਈ ਮੇਰੀ ਮਾਂ ਮੈਨੂੰ ਖੋਖੇ ਚ ਨਾ ਵੇਖ ਕੇ ਵਿਆਕੁਲ ਹੋ ਰਹੀ ਹੋਏਗੀ ਵੇੜੇ ਚੱਖੀਆਂ 파ੜ 파ੜ ਕੇ ਮੈਨੂੰ ਟੋਲ ਰਹੀ ਹੋਏਗੀ ਘਰ ਦੇ ਹਰ ਕਮਰੇ ਹਰ ਕੋਨੇ ਹਰ ਨੁੱਕੜ ਨੂੰ ਸੁੰਘ ਸੁੰਘ ਕੇ ਵੇਖ ਰਹੀ ਹੋਏਗੀ ਤੇ ਫਿਰ ਉਗਲਾ 파ੜ 파ੜ ਕੇ ਭੌਂਕਣ ਲੱਗ ਪਏਗੀ ਘਰ ਵਾਲਿਆਂ ਤੋਂ ਜਿਵੇਂ ਪੁੱਛਰੀ ਹੋਵੇ ਮੇਰੀ ਬੇਟੀ ਕਿੱਥੇ ਵੇ ਤੁਸੀਂ ਮੇਰੀ ਜਾਈ ਕਿਨੂੰ ਦੇ ਦਿੱਤੀ ਏ ਤੇ ਫਿਰ ਜਦੋਂ ਦਾ ਦੁੱਧ ਉਹਦੇ ਥਣਾਂ 'ਚ ਲੱਥਣਾ ਸ਼ੁਰੂ ਹੋਏਗਾ ਉਹ ਮੈਨੂੰ ਅੱਗੇ ਪਿੱਛੇ ਲੱਭ ਲੱਭ ਕੇ ਵਿਆਕੁਲ ਹੋ ਜਾਏਗੀ ਇੰਨੇ 'ਚ ਮੋਟਰ ਆਪਣੇ ਟਿਕਾਣੇ ਤੇ ਪੁੱਜ ਗਈ ਮੋਟਰ ਰੁਕੀ ਤੇ ਸ਼ਸ਼ੀ ਬੀਬੀ ਮੈਨੂੰ ਗੋਦੀ 'ਚ ਚੁੱਕੀ ਆਪਣੀ ਅੰਮੀ ਨੂੰ ਆਵਾਜ਼ਾਂ ਦਿੰਦੀ ਘਰ ਦੇ ਅੰਦਰ ਜਾਵੜੀ ਅੰਮੀ ਦੀ ਆਵਾਜ਼ ਮੈਨੂੰ ਨਹੀਂ ਸੁਣਾਈ ਦਿੱਤੀ ਪਰ ਇੱਕ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ਤੇ ਅਗਲੇ ਛੇਣੋਂ ਭੌਂਕਦਾ ਹੋਇਆ ਸ਼ਸ਼ੀ ਬੀਬੀ ਦੇ ਅੱਗੇ ਪਿੱਛੇ ਖੁੱਦ-ਖੁੱਦ ਕੇ ਮੈਨੂੰ ਸੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਅੰਮੀ ਅੰਮੀ ਵੇਖੋ ਕੌਣ ਆਇਆ ਸ਼ਸ਼ੀ ਆਪਣੀ ਅੰਮੀ ਨੂੰ ਟੋਲ ਰਹੀ ਸੀ ਤੇ ਫਿਰ ਉਹਦਾ ਉਹਦੀ ਅੰਮੀ ਰਸੋਈ ਚੋਂ ਨਿਕਲੀ ਕੈਫੀ ਚੁੱਪ ਉਸ ਕੁੱਤੇ ਨੂੰ ਡਾਂਟਿਆ ਕੁੱਤੇ ਦਾ ਨਾਮ ਕੈਫੀ ਸੀ ਆਪ ਮੌਹਾਰਾ ਭੌਂਕ ਰਿਹਾ ਸੀ ਤੇ ਖੁੱਦ-ਖੁੱਦ ਕੇ ਮੈਨੂੰ ਅਪੜਨ ਦੀ ਕੋਸ਼ਿਸ਼ ਕਰ ਰਿਹਾ ਸੀ ਹਾਈ ਕਿੰਨੀ ਪਿਆਰੀ ਐ ਅੰਮੀ ਨੇ ਕਿਹਾ ਤੇ ਮੈਨੂੰ ਆਪਣੇ ਹੱਥਾਂ 'ਚ ਲੈ ਕੇ ਚੋਹਾਂ ਪਾਸਿਓਂ ਵੇਖਣ ਲੱਗ ਪਈ ਇਹਦੀਆਂ ਤੇ ਅਜੇ ਅੱਖਾਂ ਨਹੀਂ ਖੁੱਲੀਆਂ ਹਾਂ ਅੱਖੀਆਂ ਤੇ ਨਹੀਂ ਅਜੇ ਇਹਦੀਆਂ ਖੁੱਲੀਆਂ ਸ਼ਸ਼ੀ ਬੀਬੀ ਨੇ ਕਿਹਾ ਕੈਫੀ ਨੇ ਭੌਂਕ ਭੌਂਕ ਕੇ ਜਿਵੇਂ ਕੋਠਾ ਸਿਰ ਤੇ ਚੁਕ ਲਿਆ ਹੋਵੇ ਇਹ ਕੋਣ ਪਰਾਇਆ ਜੀਵ ਉਹਦੇ ਘਰ ਆ ਗਿਆ ਸੀ ਉਥੇ ਜਿਵੇਂ ਮੈਨੂੰ ਇੱਕ ਛਿਣ ਵੀ ਨਹੀਂ ਉਥੇ ਟਿਕਣ ਦੇਗਾ ਇੱਕ ਐਸਾ ਭੌਂਕੇ ਜਾ ਰਿਹਾ ਸੀ ਤੇ ਫਿਰ ਅੰਮੀ ਮੈਨੂੰ ਸ਼ਸ਼ੀ ਬੀਬੀ ਦੇ ਹਵਾਲੇ ਕਰਕੇ ਕੈਫੀ ਨੂੰ ਸਮਝਾਣ ਲੱਗ ਪਈ ਉਹ ਤੇ ਜਿਵੇਂ ਤੜਫ ਰਿਹਾ ਸੀ ਸੌਂਕਣ ਦਾ ਜਿਵੇਂ ਸਾੜਾ ਹੋਵੇ ਤੇ ਕਿਸੇ ਕੋਲੀ ਚ ਨਹੀਂ ਆ ਰਿਹਾ ਸੀ ਹੋਰ ਹੋਰ ਉੱਚਾ ਭੌਂਕ ਰਿਹਾ ਸੀ ਹੋਰ ਹੋਰ ਉੱਚਾ ਉੱਛਲ ਕੇ ਮੈਨੂੰ ਜਿਵੇਂ ਖਾਣ ਨੂੰ ਪੈ ਰਿਹਾ ਹੋਵੇ ਆਖਰ ਸ਼ਸ਼ੀ ਬੀਬੀ ਮੈਨੂੰ ਲੈ ਕੇ ਆਪਣੇ ਕਮਰੇ ਚ ਚਲੀ ਗਈ ਉਸ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਕਾਫੀ ਕਦੋਂ ਮੰਨਣ ਵਾਲਾ ਸੀ ਉਹ ਮੁੜ ਮੁੜ ਦਰਵਾਜ਼ੇ ਨੂੰ ਪੰਜੇ ਮਾਰਦਾ ਮੁੜ ਮੁੜ ਭੌਂਕਦਾ ਦਰਵਾਜ਼ਾ ਖੁਲ੍ਹਣ ਲਈ ਜ਼ਿੱਦ ਕਰ ਰਿਹਾ ਸੀ ਤੇ ਸ਼ਸ਼ੀ ਨੇ ਮੈਨੂੰ ਸ਼ਿੰਗਾਰ ਮੇਜ਼ ਦੀ ਦਰਾਜ ਵਿੱਚ ਲੁਕਾ ਦਿੱਤਾ ਤੇ ਆਪ ਖਾਲੀ ਮੂਲੀ ਬਾਹਰ ਆ ਗਈ ਕੈਫੀ ਨੇ ਕਿ ਕੁਦਾਂਗ ਸੁੰਘਿਆ ਤੇ ਭੌਂਕੀ ਗਿਆ ਫਿਰ ਉਹ ਆਪਣੇ ਕਮਰੇ 'ਚ ਜਾ ਕੇ ਮੈਨੂੰ ਟੋਲਣ ਲੱਗ ਪਿਆ ਥਾਂ ਥਾਂ ਸੁੰਘ ਰਿਹਾ ਸੀ ਤੇ ਫਿਰ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਆ ਕੇ ਦਰਾਜ ਖੋਲ ਖਲੋ ਗਿਆ ਕਦੇ ਦੰਦਿਆਂ ਨਾਲ ਕਦੇ ਪੰਜਿਆਂ ਨਾਲ ਦਰਾਜ ਨੂੰ ਖੋਲਦਾ ਭੌਂਕ ਭੌਂਕੇ ਉਹਦੇ ਮੂੰਹ 'ਚੋਂ ਝੱਗ ਨਿਕਲਣ ਲੱਗ ਪਈ ਇਹਨੇ ਚ ਸ਼ਸ਼ੀ ਬੀਬੀ ਦੇ ਡੈਡੀ ਦਫ਼ਤਰੋਂ ਆ ਗਏ ਕੈਫੀ ਨੂੰ ਇੰਜ ਖਫਾ ਹੁੰਦਾ ਵੇਖੋ ਦੌੜੇ ਆਏ ਅੱਜ ਪਹਿਲੀ ਵਾਰ ਸੀ ਜਦੋਂ ਦਫ਼ਤਰੋਂ ਮੁੜੇ ਸਨ ਕੈਫੀ ਉਹਨਾਂ ਦੇ ਸਵਾਗਤ ਲਈ ਬਾਹਰ ਗੇਟ ਤੇ ਨਹੀਂ ਪੁੱਜਾ ਸੀ ਉਹਨਾਂ ਨੂੰ ਸਾਰੀ ਗੱਲ ਦੱਸੀ ਗਈ ਉਹਨਾਂ ਵੀ ਹਰ ਹਿਲਾ ਕੀਤਾ ਕੈਫੀ ਨੂੰ ਸਮਝਾਇਆ ਪਰ ਉਹ ਤੇ ਟੱਪਰੀ ਨਿਬੰਨਣ ਦੇ ਰਿਹਾ ਸੀ ਇੰਜ ਜੱਪਦਾ ਕੈਫੀ ਡੈਡੀ ਨੂੰ ਬਹੁਤ ਪਿਆਰਾ ਸੀ ਉਹਨਾਂ ਬਿਨਾਂ ਮੈਨੂੰ ਵੇਖੇ ਹੁਕਮ ਦਿੱਤਾ ਅ ਦੂਜੇ ਪਿੱਲੇ ਨੂੰ ਵਾਪਸ ਕਰ ਦਿੱਤਾ ਜਾਏ ਸ਼ਸ਼ੀ ਬੀਬੀ ਟਾਲਮਟੋਲ ਕਰਨ ਲੱਗੀ ਪਰ ਕੈਫੀ ਸੀ ਕਿ ਸਾਹ ਨਹੀਂ ਲੈਣ ਦੇ ਰਿਹਾ ਸੀ ਤੇ ਜਦੋਂ ਤੀਕ ਉਸ ਘਰ ਚ ਸੀ ਕਿਸੇ ਹੋਰ ਦੀ ਮਜਾਲ ਨਹੀਂ ਸੀ ਕਿ ਉੱਥੇ ਕਦਮ ਵੀ ਰੱਖ ਜਾਏ ਤੇ ਆਖਰ ਉੰਜ ਦਾ ਉੰਜ ਮੈਨੂੰ ਮੋਟਰ ਚ ਪਾ ਕੇ ਵਾਪਸ ਕਰ ਦਿੱਤਾ ਗਿਆ ਉਧਰ ਮੇਰੀ ਮਾਂ ਨੇ ਸਾਰੇ ਦੇ ਸਾਰੇ ਘਰ ਦੀ ਮਿੱਟੀ ਪੁੱਟ ਖਾਦੀ ਸੀ ਤੇ ਮੈਂ ਜਦੋਂ ਵਾਪਸ ਪੁੱਜੀ ਉਹਦੀ ਜਾਨ ਜਿਵੇਂ ਜਾਨ ਆਈ ਹੋਵੇ ਉਸ ਸ਼ਸ਼ੀ ਬੀਬੀ ਦੇ ਹੱਥੋਂ ਮੈਨੂੰ ਪੜਮ ਲਿਆ ਤੇ लाड़ ਕਰਨ ਲੱਗ ਪਈ ਮੁੜ ਮੁੜ ਮੈਨੂੰ ਚੱਟਣ ਲੱਗ ਪੈਂਦੀ ਉੱਚ ਚਰਤੇ ਉਹਦੇ ਥਣ ਦੁੱਧ ਨਾਲ ਥਲਕਣ ਲੱਗ ਪਈ ਤੇ ਚੁੱਛ ਸਰਚ ਸਰ ਮੈਂ ਆਪਣੀ ਅੰਮੀ ਦਾ ਦੁੱਧ ਪੀਣ ਲੱਗ ਪਈ ਸ਼ਸ਼ੀ ਬੀਬੀ ਤੇ ਉਹਦੀ ਅੰਮੀ ਦੀਆਂ ਸੋਲ ਬੁੱਕਾਂ 'ਚ ਵੀ ਇੱਕ ਮਜ਼ਾ ਸੀ ਪਰ ਜਿਹੜਾ ਸਵਾਦ ਆਪਣੀ ਮਾਂ ਦੀਆਂ ਛਾਤੀਆਂ ਦੀ ਨਿਗਝ ਹੁੰਦਾ ਉਹਦਾ ਕੋਈ ਜਵਾਬ ਨਹੀਂ ਸੀ ਅੰਗ ਦੂਸਰਾ ਇਹਦੀਆਂ ਅੱਖਾਂ ਖੁੱਲੀਆਂ ਤਾਂ ਮੈਨੂੰ ਲੈ ਜਾਵਾਂਗੀ ਸ਼ਸ਼ੀ ਬੀਬੀ ਨੇ ਆਪਣੀ ਸਹੇਲੀ ਨੂੰ ਨਹੀਂ ਦੱਸਿਆ ਕਿ ਉਹਨਾਂ ਦੇ ਘਰ ਕੀ ਖਰੋਦ ਹੋਇਆ ਸੀ ਕਿਸ ਤਰ੍ਹਾਂ ਕੈਫੀ ਨੇ ਖਰੂ ਪਾ ਕੇ ਮੈਨੂੰ ਘਰੋਂ ਕਢਵਾ ਦਿੱਤਾ ਸੀ ਤੇ ਫਿਰ ਮੈਨੂੰ ਪਤਾ ਲੱਗਾ ਕੈਫੀ ਤੇ ਮੇਰਾ ਭਰਾ ਸੀ ਜਿਹੜੇ ਮੇਰੇ ਮਾਪੇ ਸਨ ਸੋਈ ਕੈਫੀ ਦੇ ਮਾਪੇ ਸਨ ਬਸ ਆਦਮੀ ਦੀ ਉਮਰ ਦੇ ਕੋਈ 3 ਬਰੇ ਮੈਥੋਂ ਵੱਡੇਰਾ ਸੀ ਤੇ ਕੈਫੀ ਦਾ ਰੰਗ ਕਾਲਾ ਸੀ ਵਿੱਚ ਵਿੱਚ ਚਿੱਟੇ ਡੱਬ ਤੇ ਮੇਰਾ ਰੰਗ ਚਿੱਟਾ ਸੀ ਵਿੱਚ ਵਿੱਚ ਕਾਲੇ ਦਾਗ ਸਾਡੀ ਮਾਂ ਪੋਮੇਰੀਅਨ ਸੀ ਕਣੇ ਕਰੀਮ ਰੰਗੇ ਵਾਲ ਉਹਦੇ ਵੱਡੇ ਵੱਡੇਰੇ ਪੋਮੇਰੀਅਨ ਦੇ ਰਹਿਣ ਵਾਲੇ ਸਨ ਐਸਕੀਮੋ ਕੁੱਤਿਆਂ ਦੇ ਮੇਲ ਤੇ ਦੀ ਮੇਲ ਦੀ ਇੱਕ জাত ਮੇਰੇ ਪਿਤਾ ਸਿਮਾਈਟ ਜ਼ਾਦ ਦਾ ਸੀ ਸਾਈਬੀਰੀਆ ਦੇ ਉੱਤਰ ਪੱਛਮ ਚ ਉਗਰੀਅਨ ਲੋਕਾਂ ਦਾ ਕੁੱਤਾ ਮਧਰਾ ਕਦ ਛਰੇਰਾ ਬਦਨ ਪੋਮੇਰੀਅਨ ਤੋਂ ਲਮਾਈ ਚ ਘੱਟ ਕਾਲੇ ਵਾਲ ਪੋਮੇਰੀਅਨ ਜਿੰਨੇ ਲੰਮੇ ਵੀ ਨਹੀਂ ਤੇ ਪੋਮੇਰੀਅਨ ਵਰਗੇ ਕੂਲੇ ਵੀ ਨਹੀਂ ਮੇਰੀ ਮਾਂ ਦੀ ਮਾਂ ਦੀ ਮਾਂ ਦੀ ਮਾਂ ਨੂੰ ਇੱਕ ਅੰਗਰੇਜ਼ ਆਪਣੇ ਨਾਲ ਇੰਗਲਿਸ਼ ਤੋਂ ਲੈ ਆਇਆ ਸੀ ਉਹਦੀ ਜਦੋਂ ਨਿਯੁਕਤੀ ਭਾਰਤ ਚ ਹੋਈ ਤਾਂ ਆਪਣੀ ਕੁੱਤੀ ਨੂੰ ਹਵਾਈ ਜਹਾਜ਼ ਚ ਪਾ ਕੇ ਨਾਲ ਲਿਆਇਆ ਉਹਦੇ ਦਫ਼ਤਰ ਵਾਲਿਆਂ ਨੇ ਇਸ ਵੱਧੂ ਖਰਚ ਲਈ ਇਤਰਾਜ਼ ਕੀਤਾ ਪਰ ਉਹਦੀ ਤ੍ਰਿਮਤ ਤੇ ਓਟਾਸ ਤੋਂਮਸ ਨਹੀਂ ਹੋਈ ਰੂਬੀ ਉਹਨਾਂ ਦੀ jaan ਸੀ ਉਸ ਤੋਂ ਬਿਨਾਂ ਭਾਰਤ ਆਉਣ ਲਈ ਤਿਆਰ ਨਹੀਂ ਸਨ ਜੇ ਕੰਪਨੀ ਰੂਬੀ ਦੇ ਕਿਰਾਏ ਦਾ ਖਰਚ ਨਹੀਂ ਕਰ ਸਕਦੀ ਤਾਂ ਬੇਸ਼ੱਕ ਉਹਨਾਂ ਦੀ ਥਾਂ ਕਿਸੇ ਹੋਰ ਵਿਸ਼ੇਸ਼ਗਿਆ ਨੂੰ ਭਾਰਤ ਭੇਜ ਦਿੱਤਾ ਜਾਏ ਉਹ ਕਹਿੰਦੇ ਜਿਸ ਤਰ੍ਹਾਂ ਉਹਨਾਂ ਨੂੰ ਬੱਚੇ ਪਿਆਰੇ ਸਨ ਉਸੇ ਤਰ੍ਹਾਂ ਉਹਨਾਂ ਨੂੰ ਰੂਬੀ ਪਿਆਰੀ ਸੀ ਕੰਪਨੀ ਨੂੰ ਆਖਰ ਹਾਰ ਮੰਨਣੀ ਪਈ ਜਿਨ੍ਹਾਂ ਚਿਰ ਅੰਗਰੇਜ਼ ਭਾਰਤ ਚ ਰਿਆ ਰੂਬੀ ਦਾ ਮੇਲ ਪੁਮੇਰੀਅਨ ਕੁੱਤਿਆਂ ਨਾਲ ਕਰਾਉਂਦਾ ਰਿਹਾ ਭਾਵੇਂ ਕਿੰਨਾ ਹੀ ਖਰਚਾ ਕਿਉਂ ਨਾ ਕਰਨਾ ਪਵੇ ਭਾਵੇਂ ਕਿੰਨੀ ਤਕਲੀਫ ਕਿਉਂ ਨਾ ਉਠਾਣੀ ਪਵੇ ਕਹਿੰਦੇ ਨੇ ਜਦੋਂ ਰੂਬੀ ਮਰੀ ਸਾਰੀ ਕਲੋਨੀ ਨੇ ਸੋਗ ਮਨਾਇਆ ਸੀ ਅੰਗਰੇਜ਼ ਜੋੜੇ ਨੇ ਬਗ ਕਾਇਦਾ ਕਬਰ ਪਟਵਾ ਕੇ ਰੂਬੀ ਨੂੰ ਦਫਨਾਇਆ ਉਹਦੀ ਕਬਰ ਉਤੇ ਚੂਨੇ ਗੱਚ ਪੱਥਰ ਲਗਵਾਇਆ ਤੇ ਉਸ ਪੱਥਰ ਉਤੇ ਲਿਖਿਆ ਇਥੇ ਰੂਬੀ ਸੁੱਤੀ ਪਈ ਐ ਜਿਹਨੂੰ ਅਸੀਂ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਮੇਰੇ ਪਿਤਾ ਦੇ ਵੱਡੇ-ਵਡੇਰੇ ਖੈਬਰ ਦਰੇ ਦੇ ਰਸਤੇ ਭਾਰਤ ਚ ਆਏ ਸਨ ਉਦੋਂ ਪਾਕਿਸਤਾਨ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਆਇਆ ਸੀ ਗੱਡਰੀਆਂ ਨਾਲ ਤੁਰਦੇ-ਤੁਰਦੇ ਪੀੜ੍ਹੀਓ ਪੀੜ੍ਹੀਏ ਲੋਕ ਭਾਰਤ ਚ ਆ ਪੁੱਜੇ ਸਨ ਕਈ ਸਾਲੇ ਸਫ਼ਰ ਚ ਲੱਗ ਗਏ ਕਈ ਖੂਨੀਆਂ ਆਈਆਂ ਗਲ ਗਈਆਂ ਕਦੀ ਬੱਕਰੀਆਂ ਦੀ ਰਾਖੀ ਕਦੀ ਭੇਡਾਂ ਦੀ ਰਾਖੀ ਕਦੀ ਬਗੀਚਿਆਂ ਦੀ ਜ਼ਿੰਮੇਵਾਰੀ ਕਦੀ ਖੇਤਾਂ ਦੀ ਦੇਖਭਾਲ ਕਦੀ ਨਵਾਬਾਂ ਰਾਜਿਆਂ ਦੇ ਮਹਿਲ ਤੇ ਕਦੀ ਦਰवेशਾਂ ਫਕੀਰਾਂ ਦੀ ਆਸਤਾਨੇ ਅੱਜਕੱਲ ਮੇਰੀ ਮਾਂ ਮਰੀਮ ਪਲਕਾਂ ਨੂੰ ਕਦੀ-ਕਦੀ ਚੱਟਣ ਲੱਗ ਪੈਂਦੀ ਖਬਰੀ ਕਾਲੀ ਪੈ ਰਹੀ ਸੀ ਮੈਂ ਅੱਖੀਆਂ ਖੋਲਣ ਚੇ ਨਹੀਂ ਢਿਲ ਕਿਉਂ ਕਰ ਰਹੀ ਸੀ ਤਾਂ ਫਿਰ ਇੱਕ ਦਿਨ ਆਪ ਹੀ ਆ ਮੈਂ ਪਲਕਾਂ ਪੁੱਟ ਲਈਆਂ ਜਿਵੇਂ ਬੰਦ ਝਰੋਖੇ ਖੁੱਲ ਜਾਣ ਤੇ ਕਿਸੇ ਨੂੰ ਜੰਨਤ ਦੇ ਰੰਗ-ਬਰੰਗੇ ਨਜ਼ਾਰੇ ਨਜ਼ਰ ਆਉਣ ਲੱਗ ਪੈਂ ਹਾਏ ਦੁਨੀਆ ਕਿੰਨੀ ਸੋਹਣੀ ਐ ਸੋਹਣੀ ਤੇ ਮਨਮੋਹਣੀ ਮੇਰੀ ਅੱਖਾਂ ਖੁੱਲੀਆਂ ਤੇ ਪਹਿਲੀ ਚੀਜ਼ ਜਿਹੜੀ ਮੈਨੂੰ ਨਜ਼ਰ ਆਈ ਉਰਵਸ਼ੀ ਸੀ ਮੇਰੀ ਮਾਲਕਨ ਮੈਨੂੰ ਉਸ ਆਪਣੀ ਛਾਤੀ ਨਾਲ ਲਾਇਆ ਹੋਇਆ ਸੀ ਤੇ ਮੋਟੀਆਂ-ਮੋਟੀਆਂ ਅੱਖਾਂ ਚ ਅੱਖਾਂ ਪਾਈ ਵੇਖ ਰਹੀ ਸੀ ਉਹਦੀਆਂ ਤਕਣੀਆਂ ਅੰਦਰ ਨਿੱਗ ਤੇ ਖਬਰੇ ਮੇਰੀਆਂ ਪਲਕਾਂ ਬੰਦ ਗੁਲਾਬ ਦੀ ਕਲੀ ਵਾਂਗ ਖੁੱਲ ਗਈਆਂ ਉਰਵਸ਼ੀ ਬੀਬੀ ਦੀਆਂ ਮੋਟੀਆਂ-ਮੋਟੀਆਂ ਭੌਰ ਕਾਲੀਆਂ ਅੱਖਾਂ ਇਕਨ ਮਾਦ ਜਿਹਾ ਉਹਨਾਂ ਚ ਸੀ ਇੱਕ ਨਜ਼ਰ ਨੇ ਮੈਨੂੰ ਲੱਗਿਆ ਜਿਵੇਂ ਮੈਂ ਮਖਮੂਰ ਹੋ ਗਈ ਹੁਆ ਇੱਕ ਸਵਾਦ ਸਵਾਦ ਇੱਕ ਲੋਰ ਲੋਰ ਮੇਰਾ ਜੀ ਚਾਹੁੰਦਾ ਅੱਖੀਆਂ ਭੀੜ ਵੀ ਲਵਾ ਅੱਖੀਆਂ ਖੁੱਲੀਆਂ ਵੀ ਰਹਿਣ ਜਿਵੇਂ ਰਿਮ ਝਿਮ ਫੁਆਰ ਪੈਰੀ ਹੋਵੇ ਤੇ ਉਰਵਿਸ਼ੀ ਬੀਬੀ ਦੀਆਂ ਪਲਕਾਂ ਚੋਂ ਕੁਝ ਚੋ ਚੋ ਕੇ ਮੈਨੂੰ ਸਰਸ਼ਾਰ ਕਰ ਰਿਹਾ ਸੀ ਇੱਕ ਝਟ ਦੇ ਝਟ ਲਈ ਮੈਨੂੰ ਲੱਗਿਆ ਜਿਵੇਂ ਕੋਈ ਕਟੋਰੀ ਦੰਦੋ ਦੰਦ ਭਰ ਗਈ ਹੋਵੇ ਛਲਕ ਛਲਕ ਪੈਣ ਲੱਗ ਪਵੇ ਤੇ ਫਿਰ ਮੇਰੀਆਂ ਨਜ਼ਰਾਂ ਉਰਵਸ਼ੀ ਬੀਬੀ ਦੀਆਂ ਗੱਲਾਂ ਤੇ ਜਾ ਟਿਕੀਆਂ ਉੱਥੋਂ ਤਿਲਕੀਆਂ ਤੇ ਉਹਦੇ ਹੋਠਾਂ ਤੇ ਆ ਕੇ ਜੰਮ ਗਈਆਂ ਗੁਲਾਬੀ ਗੁਲਾਬੀ ਲਾਲ ਲਾਲ ਰੰਗ ਜਿਵੇਂ ਘੁਲ ਮਿਲ ਰਿਹਾ ਹੋਵੇ ਰੰਗਾਂ ਚੋਂ ਰੰਗ ਉਮਲਦੇ ਆ ਰਹੇ ਸਨ ਬਾਹ ਚੋਂ ਬਾਹ ਨਿਕਲ ਰਹੀ ਸੀ ਵੰਗੀ ਚ ਵੰਗੀ ਫੁੱਟ ਰਹੀ ਸੀ ਸਜਰੇ ਗੁਲਾਬ ਦੀ ਖਿੜੀ ਕਲੀ ਵਰਗੀ ਕੋਈ ਚੀਜ਼ ਮੈਂ ਪਟ ਪਟ ਵੇਖੇ ਜਾ ਰਹੀ ਸੀ ਜਿਉਂ-ਜਿਉਂ ਵੇਖਦੀ ਮੇਰੀ ਪਿਆਸ ਹੋਰ ਹੋਰ ਵੱਧਦੀ ਜਾ ਰਹੀ ਸੀ ਤੇ ਫਿਰ ਮੈਂ ਅੱਖੀਆਂ ਪੀਟ ਲਈਆਂ ਮੈਂ ਪਲਕਾਂ ਬੰਦ ਕਰ ਲਈਆਂ ਤੇ ਮੈਂ ਇੱਕ ਜੀਪ ਕ੍ਰਿਸ਼ਮਾ ਵੇਖਿਆ ਉਹ ਰੂषि ਬੀਬੀ ਉੰਜ ਦੀ ਉੰਜ ਮੇਰੀਆਂ ਨਜ਼ਰਾਂ 'ਚ ਜਿਵੇਂ ਬੈਠੀ ਹੋਵੇ ਚਾਨਣੀ ਦਾ ਇੱਕ ਮਜਸਮਾ ਕੁਛੇਰ ਤੇ ਗੋਰਾ-ਗੋਰਾ ਝਾਂਵਲਾ ਨੀਲੇ ਪੀਲੇ ਲਾਲ ਹਰੇ ਕਾਸ਼ਨੀ ਰੰਗਾਂ 'ਚ ਰਲ ਗੱਡ ਗਿਆ ਮੈਂ ਇੱਕਾ ਕਹਿ ਨਸ਼ੇ 'ਚ ਮਧੂਹ ਆਪਣੇ ਖੋਖੇ ਦੀ ਨੁੱਕੜ 'ਚ ਗੜੂੰਦ ਪੈ ਗਈ ਕੁਛੇਰ ਬਾਅਦ ਮੈਨੂੰ ਜਦੋਂ ਹੋਸ਼ ਆਈ ਮੈਂ ਅਜੇ ਵੀ ਇੱਕ ਸਵਾਦ-ਸਵਾਦ ਵਿੱਚ ਸਾਂ ਮੈਂ ਜਿਸ ਦੁਨੀਆ ਦੀ ਪਹਿਲੀ ਝਲਕ ਵੇਖੀ ਸੀ ਉਰਵਸ਼ੀ ਬੀਬੀ ਦੇ ਅਛੋ ਕੁਵਾਰੇ ਹੁਸਨ ਦਾ ਪਹਿਲਾ ਨਜ਼ਾਰਾ ਲਿਆ ਸੀ ਮੈਨੂੰ ਲੱਗਦਾ ਹੈ ਦੁਨੀਆ ਕਿੰਨੀ ਹਸੀਨ ਹੈ ਇਸ ਦੁਨੀਆ ਵਿੱਚ ਚ ਵਿਚਰਨਾ ਕਿੰਨਾ ਭਾਰੀ ਖੁਦਾਈ ਹੈ ਕਿੰਨਾ ਮਜ਼ਾ ਹੋਏਗਾ ਇਸ ਦੁਨੀਆ 'ਚ ਜੀਣ ਦਾ ਥੀਣ ਦਾ ਖੇਡਣ ਦਾ ਖਾਣ ਦਾ ਇਸ ਦੁਨੀਆ ਨੂੰ ਜਾਣਨ ਦਾ ਪਛਾਣਨ ਦਾ ਜਿੱਤਣ ਦਾ ਹਾਰਨ ਦਾ ਤੇ ਮੈਨੂੰ ਲੱਗਦਾ ਹੈ ਚਾਨਣ ਜਿਹੜਾ ਇੱਕ ਪਲ ਹੀ ਮੈਂ ਵੇਖਿਆ ਸੀ ਇਹਦਾ ਸਵਾਦ ਮੇਰੀ ਮਾਂ ਦੇ ਸਾਵਾਂ ਦੀ ਖੁਸ਼ਬੂ ਵਰਗਾ ਸੀ ਜਿੱਥੇ ਵੀ ਉਹ ਹੁੰਦੀ ਏ ਖੁਸ਼ਬੂ ਮੈਨੂੰ ਆਉਂਦੀ ਰਹਿੰਦੀ ਜਾਂ ਫਿਰ ਮੇਰੀ ਮਾਂ ਦੇ ਥਣਾ ਚ ਉਮਲ ਰਹਿ ਦੁੱਧ ਵਰਗਾ ਸੀ ਕੋਸਾ ਕੋਸਾ ਮਿੱਠਾ ਮਿੱਠਾ ਜਾਂ ਫਿਰ ਸ਼ਸ਼ੀ ਬੀਬੀ ਦੀ ਆਵਾਜ਼ ਵਰਗਾ ਹਾਈ ਕਿੰਨੀ ਪਿਆਰੀ ਏ ਹਾਈ ਕਿੰਨੀ ਪਿਆਰੀ ਏ ਕਹਿ ਰਹੀ ਆਵਾਜ਼ ਤੇ ਮੈਨੂੰ ਪੂਰਾ ਭਰੋਸਾ ਸੀ ਮੈਂ ਪਲਕਾਂ ਖੋਲਾਂਗੀ ਤੇ ਨਜ਼ਾਰਾ ਮੇਰੇ ਸਾਹਮਣੇ ਹੋਏਗਾ ਹਰੀ ਹਰੀ ਘਾਹ ਦੀ ਦੁਨੀਆ ਰੰਗ-ਬਰੰਗੇ ਫੁੱਲਾਂ ਦੀ ਦੁਨੀਆ ਉੱਚੇ-ਉੱਚੇ ਰੁੱਖਾਂ ਦੀ ਦੁਨੀਆ ਬਰਫ਼ ਲੱਦੇ ਪਹਾੜਾਂ ਦੀ ਦੁਨੀਆ ਵਿੱਚ-ਵਿੱਚ ਜਾ ਰਹੇ ਪਾਣੀਆਂ ਦੀ ਦੁਨੀਆ ਕੋਸੀ-ਕੋਸੀ ਧੁੱਪ ਦੀ ਦੁਨੀਆ ਮਿੱਠੀ-ਮਿੱਠੀ ਛਾਂ ਦੀ ਦੁਨੀਆ ਮੁਹੱਬਤਾਂ ਦੀ ਦੁਨੀਆ ਪਿਆਰਾਂ ਦੀ ਦੁਨੀਆ ਉਡੀਕ ਦੀ ਦੁਨੀਆ ਮਿਲਾਪਾਂ ਦੀ ਦੁਨੀਆ ਇੰਜ ਸੋਚਦੀ ਸੋਚਦੀ ਮੇਰੀ ਅੱਖ ਲੱਗ ਗਈ ਸੁੱਤੀ-ਸੁੱਤੀ ਮੈਂ ਇੱਕ ਅਜੀਬ ਸੁਪਨਾ ਵੇਖਿਆ ਫੁੱਲਾਂ ਨਾਲ ਝੂਰ-ਝੂਰੀ ਕਵੇਲ ਮੇਰੇ ਵਿੰਦਿਆ-ਵਿੰਦਿਆ ਸੁੱਕਣ ਲੱਗ ਪਈ फूल मुरझाने ਲੱਗ ਪਏ ਹਨ ਕੁਝ ਚਿਰ ਤੇ ਹਰੇਕ ਫੁੱਲ ਪੱਤੀ ਪੱਤੀ ਖੇਰੂ ਖੇਰੂ ਹੋ ਗਿਆ ਕਲ ਕਲ ਕਰ ਰਹੀ ਮੋਤੀਆਂ ਅਰਗੇ ਠੰਡੇ ਠਾਰ ਪਾਣੀ ਦੀ ਇੱਕ ਨਦੀ ਕਿਨਾਰੇ ਲੋਕੀਸ਼ ਇਸ਼ਨਾਨ ਕਰਦੇ ਹਨ ਸਮਾਧੀਆਂ ਲਾ ਕੇ ਈਸ਼ਵਰ ਦਾ ਨਾਮ ਲੈਂਦੇ ਹਨ ਅਚਾਨਕ ਜਿਵੇਂ ਕ੍ਰੋਧ ਚ ਆ ਗਈ ਹੋਵੇ ਨਦੀ ਦਾ ਪਾਣੀ ਖੜ ਦੇ ਰੂਪ ਚੱਗੇ ਪਿੱਛੇ ਤੇ ਸੈਂਕੜੇ ਪਿੰਡਾਂ ਨੂੰ ਤਹਿਸ ਨਹਿਸ ਕਰ ਦਿੰਦਾ ਹੈ ਮਰਦ ਔਰਤਾਂ ਬੱਚੇ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ ਕਾਰ ਸਕੂਲ ਤੇ ਹਸਪਤਾਲ ਟਹਿ ਢੇਰੀ ਹੋ ਜਾਂਦੀ ਹੈ ਇੱਕ ਰੁੱਖ ਦੀ ਠੰਡੀ ਮਿੱਠੀ ਛਾਂ ਹੇਠ ਮੈਂ ਬੈਠਦੀ ਆਂ ਛੱਟ ਦੇ ਛੱਟ ਦੇ ਛਾਂ ਤੁਰ ਪੈਂਦੀ ਹੈ ਮੈਂ ਧੁੱਪ ਚ ਸੜਨ ਲੱਗ ਪੈਨੀ ਆਂ ਸੂਰਜ ਵਿੱਚੋਂ ਜਿਵੇਂ ਅੱਗ ਵੱਸ ਰਹੀ ਹੋਵੇ ਛਾਂ ਤੁਰਦੀ ਤੁਰਦੀ ਕਿਤੇ ਦੀ ਕਿਤੇ ਪੁੱਜ ਜਾਂਦੀ ਹੈ ਕਦੀ ਕਿਸੇ ਨੂੰ ਕੱਜ ਰਹੀ ਕਦੀ ਕਿਸੇ ਨੂੰ ਠੰਡਕ ਪੁਜਾ ਰਹੀ ਜਿਹੜੇ ਲੋਕ ਕੱਲ ਚੋਹਲ ਕਰਦੇ ਮੈਂ ਵੇਖੇ ਸੀ ਅੱਜ ਇੱਕ ਦੂਜੇ ਦੇ ਲਹੂ ਦੇ ਪਿਆਸੇ ਵਿਖਾਈ ਦਿੰਦੇ ਹਨ ਇਹ ਸਭ ਕੁਝ ਤੱਕ-ਤੱਕ ਸੁਣ ਸੁਣ ਮੇਰਾ ਦਮ ਘੁੱਟਣ ਲੱਗ ਪੈਂਦਾ। ਮੇਰੇ ਚੁਲਬੁਲ ਚੁਲਬੁਲ ਕਰ ਰੇ ਸਰੀਰ ਤੋਂ ਫੂਕ ਨਿਕਲ ਜਾਂਦੀ ਹੈ। ਸਾਹ-ਸਾਤ ਹੀਨ ਮੈਕਾ ਇੱਕ ਸੁੱਕਾ ਹੋਇਆ ਢਿੰਗਰ ਕਿਸੇ ਵਿਰਾਨ ਨੇ ਚਪਈਆ। ਨਿਰਾ ਹੱਡੀਆਂ ਦਾ ਪਿੰਜਰ ਸੜ ਰਿਹਾ, ਸੁੱਕ ਰਿਹਾ, ਗਿੱਠਕ ਚਮੜੀ 'ਚ ਬਲੇਟਿਆ ਹੋਇਆ। ਪੀਲਾ-ਪੀਲਾ ਰੱਜ ਕੇ ਪੀਲਾ। ਹੁਣੇ ਸ਼ਸ਼ੀ ਆਕੇ ਤੈਨੂੰ ਲੈ ਜਾਏਗੀ। ਉਰਵਿਸ਼ੀ ਬੀਬੀ ਸਾਡੇ ਖੋਖੇ ਕੋਲ ਖਲੋਤੀ ਮੈਨੂੰ ਕਹਿ ਰਹੀ ਸੀ। ਆਪਣੀ ਅੰਮੀ ਦੇ ਖਲਾਵੇ 'ਚ ਬਲੇਟੀ। ਉਦੇ ਥਣਾ ਦੇ ਮਿੱਠੀ ਨਿੱਘ ਚ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਆ ਸੀ ਪਰ ਇੱਕ ਸੱਚਾਈ ਸੀ ਕਿ ਮੈਨੂੰ ਦੂਜੇ ਘਰ ਜਾਣਾ ਸੀ ਮੇਰਾ ਵਿਛੋੜਾ ਮੇਰੀ ਮਾਂ ਤੋਂ ਯਕੀਨੀ ਸੀ ਬੇਸ਼ੱਕ ਅਜੇ ਮੈਂ ਬਹੁਤ ਛੋਟੀ ਸੀ ਬੇਸ਼ੱਕ ਮੇਰੀ ਮਾਂ ਦੀਆਂ ਛਾਤੀਆਂ ਜਜੇ ਦੁੱਧ ਦੇ ਸਰੋਤੁੰਜ ਦੇ ਉੰਜ ਸਨ ਪਿਆਰ ਦਾ ਇੱਕ ਹੋਰ ਰੂਪ ਹੋਈ ਸੀ ਤੇ ਉਹ ਸ਼ਸ਼ੀ ਬੀਬੀ ਦੀ ਕਾਲ ਵਿੱਚ ਬੇਬਲਤਾ ਚੁਸਕ ਉਜਾਗਰ ਹੋ ਰਿਹਾ ਸੀ ਉਹਦਾ ਟੈਲੀਫੋਨ ਆਇਆ ਹੋਇਆ ਸੀ ਤੇ ਉਰਵਿਸ਼ੀ ਬੀਬੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਹਾਂ ਅੱਖੀਆਂ ਤੇ ਖੁੱਲ ਗਈਆਂ ਨੇ ਪਰ ਤੂੰ ਜ਼ਰਾ ਸਬਰ ਕਰ ਲੈ ਦੋ ਚਾਰ ਦਿਨ ਆਪਣੇ ਇਹਨੂੰ ਆਪਣੀ ਮਾਂ ਕੋਲ ਰਹਿਣ ਦੇ ਕੀ ਤੇਰੇ ਡੈਡੀ ਕਲਕੱਤੇ ਗਏ ਨੇ ਇਸ ਤੇ ਡੈਡੀ ਨੇ ਕੀ ਕਰਨਾ ਹੈ ਪਰ ਤੂੰ ਇਸ ਲਈ ਬਾਕੀ ਸਾਰਾ ਇੰਤਜ਼ਾਮ ਕਰ ਲੈ ਇਹਨੂੰ ਦਿਨ ਚ ਚਾਰ ਵੇਰਾਂ ਖਾਣਾ ਦੇਣਾ ਹੋਵੇਗਾ ਸਵੇਰੇ ਦੁੱਧ ਚ ਗਲੂਕੋਜ਼ ਮਿਲਿਆ ਹੋਵੇ ਦੁਪਹਿਰੀ ਕੀਮਾ ਸ਼ਾਮੀ ਚਾਵਲੇ ਬਿਸਕਟ ਜਾਂ ਰਸਕ ਜਿਨ੍ਹਾਂ ਨੂੰ ਦੁੱਧ ਚ ਪਿਗੋ ਕੇ ਦਲੀਆ ਜਿਹਾ ਬਣਾ ਲਿਤਾ ਜਾਏ ਰਾਤ ਦਾ ਖਾਣਾ 9:30 ਵਜੇ ਹੋਏਗਾ ਜਦੋਂ ਦੁੱਧ ਤੇ ਰੋਟੀ ਜਾਂ ਚਾਵਲ ਦਿੱਤੇ ਜਾ ਸਕਦੇ ਨੇ ਪੱਪੀ ਨੂੰ ਹੱਡੀਆਂ ਵੀ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ 'ਚ ਕੈਲਸ਼ੀਅਮ ਹੁੰਦਾ ਤੇ ਤੂੰ ਮੀਨਾਡੈਕਸ ਮੰਗਾ ਕੇ ਰੱਖ ਲੈ ਇੱਕ ਚਮਚਾ ਮੀਨਾਡੈਕਸ ਦਾ ਵੀ ਹਰ ਰੋਜ਼ ਪਿਆਣਾ ਜ਼ਰੂਰੀ ਹੈ ਹਾਂ ਹਾਂ ਮੈਂ ਜਾਣਦੀ ਆ ਤੁਹਾਡੇ ਪਹਿਲੇ ਵੀ ਇੱਕ ਕੁੱਤਾ ਹੈ ਪਰ ਆਪਣੇ ਪੱਪੀ ਨੂੰ ਦੇਣ ਤੋਂ ਪਹਿਲਾਂ ਸਾਡਾ ਵੀ ਤੇ ਕੋਈ ਫਰਜ਼ ਬਣਦਾ ਹੈ ਬੇਸ਼ੱਕ ਤੇਰੀ ਅਮੀ ਤਜਰਬੇ ਕਰ ਰਹੀ ਹੈ ਉਸ ਤਿੰਨ ਬੱਚੇ ਪਾਲੇ ਨੇ ਪਰ ਬੇਜ਼ਬਾਨਾਂ ਦੀ ਦੇਖਭਾਲ ਬੰਦਿਆਂ ਤੋਂ ਕਿਤੇ ਮੁਸ਼ਕਿਲ ਹੁੰਦੀ ਹੈ ਮੈਂ ਸੁਣ ਸੁਣ ਕੇ ਹੈਰਾਨ ਵੀ ਹੁੰਦੀ ਸਾਂ ਇਹ ਜੋਨ ਮੈਨੂੰ ਕਿਹੋ ਜਿਹੀ ਮਿਲੀ ਸੀ ਧੰਨਵਾਦ ਚਲਦਾ